ਦਾ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੈਡਲਾਈਨਸ ਦੇ ਨਾਲ ਮੈਂ ਪੁਨੀਤ ਕੌਰ ਅੱਜ ਦੀਆਂ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਪੇਸ਼ ਹੈ ਅੱਜ ਦਾ ਖਾਲਸ ਵਿਚਾਰ ਮਾੜਾ ਬੋਲਣ ਤੋਂ ਪਹਿਲਾਂ ਹੀ ਸੋਚ ਲਓ ਕਿਉਂਕਿ ਬੋਲਣ ਤੋਂ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੁਣ ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਗੇਲੇ ਨੇ ਬੇਅਦਬੀ ਮਾਮਲੇ ਦੇ ਲਈ ਡੇਰਾ ਪੈਰੋਕਾਰ ਗੋਲੀਬਾਰੀ ਦੀ ਸੁਮੇਸ਼ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਠਹਿਰਾਇਆ ਜ਼ਿੰਮੇਵਾਰ ਕੋਵਿਡ ਕਾਰਨ ਮਰੇ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਾ ਦੇਣ ਤੋਂ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨਾਲ ਪ੍ਰਗਟਾਈ ਨਾਰਾਜ਼ਗੀ ਕਾਰਨ ਦਸੋ ਨੋਟਿਸ ਕੀਤਾ ਜਾ ਰਿਹਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ ਕਰੋਨਾ ਹਸਪਤਾਲ 'ਚ ਨੇ ਦਾਖਲ ਡੀਜੀਸੀਏ ਨੇ ਭਾਰਤ ਤੋਂ ਆਉਣ ਤੇ ਜਾਣ ਵਾਲੀਆਂ ਕੁਮੰਤਰੀ ਯਾਤਰੀ ਉਡਾਨਾਂ ਤੇ 28 ਫਰਵਰੀ ਤੱਕ ਵਿਧਾਈ ਪਾਬੰਦੀ ਗੈਰ ਕਾਨੂੰਨੀ ਮਾਈਨਿੰਗ ਮਾਮਲੇ 'ਚ ED ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਟਿਕਾਣਿਆਂ ਤੋਂ ਬਰਾਮਦ ਕੀਤੇ 8 ਕਰੋੜ ਰੁਪਏ ED ਵੱਲੋਂ ਚੰਨੀ ਦੇ ਰਿਸ਼ਤੇਦਾਰਾਂ ਕੋਲੋਂ ਵੱਡੀ ਰਕਮ ਬਰਾਮਦ ਕਰਨ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਨੀ ਤੇ ਕੱਸਿਆ ਨਿਸ਼ਾਨਾ ਕਿ ਆ ਚੰਨੀ ਆਮ ਆਦਮੀ ਨਹੀਂ ਬੇਈਮਾਨ ਆਦਮੀ ਹੈ ED ਨੇ ਪੰਜਾਬ ਤੇ ਜੰਮੂ ਕਸ਼ਮੀਰ ਦੇ ਰੇਤਾ ਕਾਰੋਬਾਰ ਦੇ ਸਬੰਧ ਚ ਪਠਾਨਕੋਟ ਚ ਕਾਂਗਰਸੀ ਆਗੂ ਸੁਨੀਲ ਜੋਸ਼ੀ ਦੇ ਘਰ ਕੀਤੀ ਛਾਪੇ ਮਾਰੀ ED ਦੀ ਰੇਡ ਤੇ ਮੁੱਖ ਮੰਤਰੀ ਚੰਨੀ ਨੇ ਕੱਸਿਆ ਨਿਸ਼ਾਨਾ ਕਿ ਆ ਕੇਂਦਰ ਪੰਜਾਬ ਤੋਂ ਲੈਣਾ ਚਾਹੁੰਦਾ ਹੈ ਬਦਲਾਵ ਦਿੱਲੀ ਮੁਰਦ ਦਬਾਉਣਾ ਚਾਹੁੰਦੀ ਹੈ ਪੰਜਾਬ ਜੇ ਚੰਨੀ ਦੀ ਰਿਹਾਈ ਤੇ ਛਾਪਾ ਵੱਜੇ ਤਾਂ ਬਹੁਤ ਵੱਡੀ ਰਾਸ਼ੀ ਮਿਲੇਗੀ ਸਭ ਤੋਂ ਵੱਡਾ ਰੇਤ ਮਾਫੀਆ ਚੰਨੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਲਾਇਆ ਦੋਸ਼ ਚੰਨੀ ਦੇ ਮਹੀਨੇ ਬਾਅਦ ਫੜੇ ਜਾਣ ਦਾ ਵੀ ਕੀਤਾ ਦਾਵਾ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਤ ਚੱਟੋਪਾਦੇ ਆਏ ਦੇ ਜਾਲੀ ਦਸਤਕਦਾਂ ਦੇ ਮਾਮਲੇ 'ਚ ਦੋ ਸੁਪਰਡੈਂਟ ਤੇ ਇੱਕ ਹਵਲਦਾਰ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਚੋਣ ਕਮਿਸ਼ਨ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਚ ਕੀਤਾ ਵੱਡਾ ਫੇਰਬਦਲ ਤਿੰਨ ਰੇਂਜਾਂ ਬਠਿੰਡਾ ਫਰੀਦਕੋਟ ਤੇ ਪਟਿਆਲਾ ਦੇ ਆਈਜੀ ਤੇ ਡੀਆਈਜੀ ਅੱਠ ਜ਼ਿਲ੍ਹਾ ਪੁਲਿਸ ਮੁਖੀ ਦੋ ਡਿਪਟੀ ਕਮਿਸ਼ਨਰ ਤੇ 19 ਡੀਐਸਪੀ ਕੀਤੇ ਤਬਦੀਲ ਪੰਜਾਬ ਵਿਧਾਨ ਸਭਾ ਚੋਣਾਂ ਚ ਸੰਜੁਕਤ ਸਮਾਜ ਮੋਰਚੇ ਨਾਲ ਗੱਠਜੋੜ ਕਰਕੇ ਚੋਣ ਮੈਦਾਨ ਚ ਨਿਤਰੀ ਸੰਜੁਕਤ ਸੰਘਰਸ਼ ਪਾਰਟੀ ਨੇ ਨੋ ਉਮੀਦਵਾਰਾਂ ਦਾ ਕੀਤਾ ਐਲਾਨ ਪਾਰਟੀ ਦੇ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਦਿੱਤੀ ਜਾਣਕਾਰੀ ਕਿਸਾਨ ਕਿਸੇ ਵੀ ਸਿਆਸੀ ਪਾਰਟੀ ਦੀ ਚੋਣਾਂ 'ਚ ਨਹੀਂ ਕਰਨਗੇ ਹਮਾਇਤ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੀਤਾ ਦਾਵਾ ਕਾਂਗਰਸ ਦਾ ਮੈਨੀਫੈਸਟੋ ਦੱਸੇਗਾ ਕਾਂਗਰਸ ਦਾ ਅਗਲਾ ਨੇਤਾ ਕੌਣ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤਾ ਦਾਵਾ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਦਿੱਲੀ ਚ 올 ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੱਕ ਵੱਡਾ ਬਿਆਨ ਕਿਹਾ ਕਾਂਗਰਸ ਪਾਰਟੀ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਨਹੀਂ ਕਰੇਗੀ ਐਲਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ ਵੀ ਚਾਲੇ ਸੀਟਾਂ ਦੀ ਵੰਡ ਤੇ ਬਣੀ ਸਹਿਮਤੀ ਗੱਟ ਜੋੜ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਉਤਾਰੇਗਾ ਆਪਣੇ ਉਮੀਦਵਾਰ ਕਾਂਗਰਸ ਦੇ ਤਿੰਨ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਚ ਹੋਏ ਸ਼ਾਮਿਲ ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦਿਆਂ ਐਲਾਨੇ ਵੱਖ-ਵੱਖ ਅਹੁਦੇਦਾਰ ਚੋਣਾਂ 'ਚ EVM ਦੀ ਵਰਤੋਂ ਨੂੰ ਚੁਣੌਤੀ ਦੇਣ ਵਾਲੀ ਜਨਹਤ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੇ ਭਰੀ ਹਾਮੀ ਗਣਤੰਤਰ ਦਿਵਸ ਸਮਾਰੋਹ 'ਚ ਕੋਈ ਵੀ ਵਿਦੇਸ਼ੀ ਰਾਸ਼ਟਰਪ੍ਰਧਾਨ ਮੁਖ ਜਾਂ ਸਰਕਾਰ ਦਾ ਮੁਖੀ ਨਹੀਂ ਹੋਵੇਗਾ ਮੁੱਖ ਮਹਿਮਾਨ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਸੀਨੀਅਰ ਨੇਤਾ ਮੁਲਾਇਮ ਸਿੰਘ ਜਾਦਵ ਦੀ ਛੋਟੀ ਨੂੰ ਅਪਰਨਾ ਜਾਦਵ ਭਾਤੀ ਜਨਤਾ ਪਾਰਟੀ ਚ ਹੋਏ ਸ਼ਾਮਿਲ ਜਲਸੈਨਾ ਮੁਖੀ ਨੇ ਮੁੰਬਈ ਦੇ ਜਲਸੈਨਾ ਡੌਕਯਾਰਚ ਆਈਐਨਐਸ ਰਣਵੀਰ ਚ ਹੋਏ ਧਮਾਕੇ ਚ ਮਾਰੇ ਗਏ ਤਿੰਨ ਜਲਸੈਨਾ ਕਰਮੀਆਂ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ ਪਰਿਵਾਰ ਨਾਲ ਜਤਾਈ ਹਮਦਰਦੀ ਕੌਮੀ ਜਾਂਚ ਏਜੰਸੀ ਨੇ ਮਾਓਵਾਦੀਆਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਇੱਕ ਕਾਰੋਬਾਰੀ ਨੂੰ ਕੀਤਾ ਗ੍ਰਿਫਤਾਰ ਦਿੱਲੀ ਦੇ ਵਪਾਰੀ ਵਰਗ ਵੱਲੋਂ ਥਾਲੀਆਂ ਖੜਕਾ ਕੇ ਸਰਕਾਰ ਨੂੰ ਦੁਕਾਨਾਂ ਤੇ ਲਾਗੂ ਕੀਤਾ ਗਿਆ ਔਡ ਇਵਨ ਫਾਰਮੂਲਾ ਰੱਦ ਕਰਨ ਦੀ ਕੀਤੀ ਗਈ ਅਪੀਲ ਪਾਤਨੇ ਸੰਯੁਕਤ ਰਾਸ਼ਟਰ 'ਚ ਮੁੜ ਚੁੱਕਿਆ ਅਤਵਾਦ ਦਾ ਮੁੱਦਾ ਕਾਬੁਲ ਦੇ ਗੁਰਦੁਆਰਾ ਹਰ ਰਾਇ ਸਾਇਬ ਵਿਖੇ ਗੋਲੀਬਾਰੀ ਕਰਕੇ ਸਤਾਈ ਅਫਗਾਨ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਦੇ ਮੁੱਖ ਸਾਜ਼ਿਸ਼ਕਾਰ ਅਸਲਮ ਫਾਰੂਕੀ ਦੀ ਉੱਤਰੀ ਅਫਗਾਨਿਸਤਾਨ 'ਚ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਤੇ ਕਿਸੇ ਵੀ ਵਿਅਕਤੀ ਵੱਲੋਂ ਬੇਬੁਨਿਆਦ ਅਫਵਾਹਾਂ ਵਾਲੀਆਂ ਪੋਸਟਾਂ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਦਿੱਤੀ ਚੇਤਾਵਨੀ 5 ਸਾਲ ਤੱਕ ਹੋਵੇਗੀ ਕੈਦ ਦੀ ਸਜ਼ਾ ਤੇ ਨਾਲ ਲੱਗ ਸਕਦਾ ਹੈ ਜੁਰਮਾਨਾ ਅਮਰੀਕਾ ਨੇ ਰੂਸ ਨੂੰ ਲੈ ਕੇ ਦਿੱਤੀ ਚੇਤਾਵਨੀ ਕਿ ਆ ਰੂਸ ਕਦੇ ਵੀ ਯੂਕਰੇਨ ਤੇ ਕਰ ਸਕਦਾ ਹੈ ਹਮਲਾ ਹੈਲਾਈਨਸ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ